toda la noche. No nos queda mucho tiempo más. No quiero perder lo que queda. Hello, this is Engineer Rajkumar. Aaj tonu assi Vernier scale bare jankari davange. Is article Vernier scale hai. Te is nu Vernier caliper vi kehne assi. Vernier caliper kis hisab utte kam karda hai? Is di measurement kivein kiti jandi hai te kis tarike di is di measurement kiti ja sakdi hai. Chalo shuru karde hain. Vernier caliper nu use karne layi sab to pehle sanu us da least count factor pata hona chahida hai. Vernier caliper de do scale hunde hai. Ek main scale reading. ਇੱਕ ਹੁੰਦੀ ਹੈ ਵਰਨੀਅਰ ਸਕੇਲ ਰੀਡਿੰਗਸ ਤਾਂ ਫਿਰ ਇਸਦਾ ਲੀਸਟ ਕਾਊਂਟ ਪਤਾ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਸਮਾਲੈਸਟ ਮੇਨ ਸਕੇਲ ਡਿਵੀਜ਼ਨ ਪਤਾ ਕਰਦੇ ਹਾਂ ਜਿਹੜਾ ਅਸੀਂ ਵਰਨੀਅਰ ਕਲਿੱਪਰ ਲੈਤਾ ਹੈ ਇਹਦੇ ਮੇਨ ਸਕੇਲ ਦੀ ਸਮਾਲੈਸਟ ਡਿਵੀਜ਼ਨ ਹੈ ਉਹ 0.1 ਸੈਂਟੀਮੀਟਰ ਹੈ ਉਹਨੂੰ ਅਸੀਂ ਟੋਟਲ ਨੰਬਰ ਆਫ ਡਿਵੀਜ਼ਨ ਨਾਲ ਡਿਵਾਈਡ ਕਰ ਦੇਣਾ ਜਿਹੜੀਆਂ ਸਾਡੇ ਵਰਨੀਅਰ ਸਕੇਲ 'ਤੇ ਹੁੰਦੇ ਨੇ ਵਰਨੀਅਰ ਸਕੇਲ 'ਤੇ ਸਾਡੇ 10 ਡਿਵੀਜ਼ਨ ਨੇ ਇਸ ਨੂੰ ਡਿਵਾਈਡ ਕਰਦੇ ਹਾਂ ਸਾਡਾ ਕੋਈ ਲੀਸਟ ਕਾਊਂਟ ਹੁੰਦਾ ਹੈ 0.01 ਸੈਂਟੀਮੀਟਰ ਹੁਣ ਅਸੀਂ ਤੁਹਾਨੂੰ ਮੇਜ਼ਰਮੈਂਟ ਕਰਕੇ ਦਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਮੇਜ਼ਰਮੈਂਟ ਕੀਤੀਆਂ ਸੀਗੀਆਂ ਇਹ ਸਾਡੇ ਕੋਲ ਕੋਪਰ ਵੈਸਲ ਹੈ ਇਸਦੀ ਅਸੀਂ ਮੇਜ਼ਰਮੈਂਟ ਕਰਾਂਗੇ ਇਸਦੀ ਤਿੰਨ ਤਰ੍ਹਾਂ ਮੇਜ਼ਰਮੈਂਟ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹਦੀ ਡੈਪਥ ਕੈਲਕੂਲੇਟ ਕਰਾਂਗੇ ਵੀ ਡੈਪਥ ਕਿਵੇਂ ਮੇਜ਼ਰਮੈਂਟ ਕੀਤੀ ਜਾਂਦੀ ਹੈ ਇਸ ਨੂੰ ਵਰਨੀਅਰ ਕਲਿੱਪਰ ਨੂੰ ਲੂਜ਼ ਕਰਨ ਵਾਸਤੇ ਤਾਂ ਇੱਥੇ ਨੱਟ ਦਿੱਤਾ ਹੁੰਦਾ ਇਹਨੂੰ ਖੋਲ੍ਹ ਦਿੱਤਾ ਹੋਵੇ ਅਤੇ ਬਾਅਦ ਵਿੱਚ ਡੈਪਥ ਮਾਪਣ ਲਈ ਜ਼ਰੂਰ ਦੇਖੋ ਇੱਥੇ ਡੰਡੀ ਨਿਕਲ ਜਾਂਦੀ ਹੈ ਇਹ ਡੰਡੀ ਨੂੰ ਇਸ ਦੇ ਨਾਲ ਟੱਚ ਕਰਾਵਾਂਗੇ ਫਿਰ ਅਸੀਂ ਇਸ ਨੂੰ ਸਕਰੂ ਨੂੰ ਟਾਈਟ ਕਰ ਦਾਂਗੇ ਇਹ ਸਾਡੇ ਕੋਲ ਰੀਡਿੰਗਸ ਆਈ ਇਸ ਤਰੀਕੇ ਦੀ ਤੁਸੀਂ ਦੇਖ ਸਕਦੇ ਹੋ ਕੁਛ ਸਾਡੇ ਕੋਲ ਰੀਡਿੰਗ ਜੋ ਆਈ ਹੈ ਜਿਹੜੀ ਵਰਨੀਅਰ ਸਕੇਲ ਦੀ ਜਿਹੜੀ 0 ਹੈ 0 ਤੋਂ ਪਹਿਲਾਂ ਜਿਹੜੀ ਹੈਗੀ ਰੀਡਿੰਗ ਸਾਡੇ ਕੋਲ ਉਹ 7.6 ਮੇਨ ਸਕੇਲ ਰੀਡਿੰਗ ਸਾਡੇ ਕੋਲ ਕਿੰਨੀ ਹੈ 7.6 ਮੇਨ ਸਕੇਲ ਸਾਡੀ ਕੋਲ ਰੀਡਿੰਗ ਆ ਗਈ ਮੇਨ ਸਕੇਲ ਦੀ ਰੀਡਿੰਗ ਜਿਹੜੀ ਹੈ 7.6 ਪਲੱਸ ਕੀ ਕਰ ਦਾਂਗੇ ਪਲੱਸ ਜਿਹੜੀ ਵਰਨੀਅਰ ਸਕੇਲ 'ਤੇ ਨੰਬਰ ਆਫ ਡਿਵੀਜ਼ਨ ਆ ਅਤੇ ਮੇਨ ਸਕੇਲ ਦੀ ਨੰਬਰ ਆਫ ਡਿਵੀਜ਼ਨ ਕਿਹੜੀ ਮੈਚ ਕਰ ਰਹੀ ਉਹ ਚੈੱਕ ਕਰਾਂਗੇ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਜਿਹੜੀ ਸਾਡੀ ਵਰਨੀਅਰ ਸਕੇਲ ਦੀ 9ਵੀਂ ਡਿਵੀਜ਼ਨ ਮੈਚ ਕਰ ਰਹੀ ਹੈ ਮੇਨ ਸਕੇਲ ਨਾਲ ਤਾਂ ਅਸੀਂ 9 ਨੂੰ ਮਲਟੀਪਲਾਈ ਕਰ ਦਾਂਗੇ ਲੀਸਟ ਕਾਊਂਟ ਨਾਲ ਲੀਸਟ ਕਾਊਂਟ ਸਾਡਾ ਕਿੰਨਾ ਸੀ 0.01 ਤਾਂ ਇਸ ਨੂੰ ਕੈਲਕੂਲੇਟ ਕਰਨ 'ਤੇ ਸਾਡੀ ਜੋ ਰੀਡਿੰਗ ਆ ਗਈ 0.09 ਤਾਂ ਸਾਡਾ ਅਗਲਾ ਆਨਸਰ ਆ ਗਿਆ 7.69 ਸੈਂਟੀਮੀਟਰ ਤਾਂ ਸਾਡੇ ਕੋਲ ਜਿਹੜੀ ਅਸੀਂ ਸਾਡੇ ਕੋਲ ਕੋਪਰ ਵੈਸਲ ਸੀ ਇਸ ਦੀ ਡੈਪਥ ਹੈਗੀ ਹੈ 7.69 ਸੈਂਟੀਮੀਟਰ ਹੁਣ ਅਸੀਂ ਇਸ ਦੀ ਮਦਦ ਨਾਲ ਅਸੀਂ ਐਕਸਟਰਨਲ ਡਾਇਆ ਮੈਜ਼ਰਮੈਂਟ ਕਰਾਂਗੇ ਐਕਸਟਰਨਲ ਡਾਇਆ ਮੈਜ਼ਰਮੈਂਟ ਕਰਨ ਵਾਸਤੇ ਉਸ ਇਸ ਤਰੀਕੇ ਨਾਲ ਟੱਚ ਕਰਾਵਾਂਗੇ ਅਸੀਂ ਟੱਚ ਕਰਾਉਣ ਤੋਂ ਬਾਅਦ ਇਸ ਨੂੰ ਅਸੀਂ ਸਕਰੂ ਨੂੰ ਦੁਬਾਰਾ ਟਾਈਟ ਕਰ ਦਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਰੀਡਿੰਗ ਉਸ ਇਸ ਤਰੀਕੇ ਦੀ ਨੇ ਇਸ ਦਾ ਡਾਇਆ ਸਾਡੇ ਕੋਲ ਐਗਜੈਕਟ 5 ਸੈਂਟੀਮੀਟਰ ਆ ਗਿਆ ਤਾਂ ਇਸ ਦੀ ਜਿਹੜੀ 0 ਹੈ ਵਰਨੀਅਰ ਸਕੇਲ ਦੀ ਕੋਇਨਸਾਈਡ ਵਿਦ ਮੇਨ ਸਕੇਲ ਅਤੇ ਸਾਡੇ ਕੋਲ ਇਹ 5 ਸੈਂਟੀਮੀਟਰ ਆ ਗਿਆ ਹੁਣ ਅਸੀਂ ਇਹਦਾ ਇੰਟਰਨਲ ਡਾਇਆ ਮੇਜ਼ਰਮੈਂਟ ਕਰਨ ਵਾਸਤੇ ਇਹਦੀ ਇਨਰ ਯਾਜ਼ ਨੂੰ ਵਰਤਦੇ ਹਾਂ ਅਸੀਂ ਇਸ ਨੂੰ ਇਸ ਤਰੀਕੇ ਨਾਲ ਕਰਾਂਗੇ ਫਿਰ ਬਾਅਦ ਚੁੱਕਾ ਸਕਰੂ ਦੁਆਰਾ ਟਾਈਟ ਕਰ ਦਾਂਗੇ ਸਾਡੇ ਕੋਲ ਇਹ ਜਿਹੜੀ ਰੀਡਿੰਗ ਉਸ ਇਸ ਤਰੀਕੇ ਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਦੀ 4.8 0 ਤੋਂ ਪਹਿਲਾਂ 4.8 ਸੈਂਟੀਮੀਟਰ ਨਾਲ ਇਹ ਕੋਇਨਸਾਈਡ ਕਰ ਰਹੀ ਹੈ ਹੁਣ ਅਸੀਂ ਮੇਨ ਸਕੇਲ ਅਤੇ ਵਰਨੀਅਰ ਸਕੇਲ ਦੀ ਨੰਬਰ ਆਫ ਡਿਵੀਜ਼ਨ ਚੈੱਕ ਕਰਨਾ ਹੈ ਕਿਹੜੀ ਕੋਇਨਸਾਈਡ ਕਰ ਰਹੀ ਹੈ ਇਹਦੀ 8ਵੀਂ ਡਿਵੀਜ਼ਨ ਵਰਨੀਅਰ ਸਕੇਲ ਦੀ 8ਵੀਂ ਡਿਵੀਜ਼ਨ
ਕੋਇਨਸਾਈਡ ਕਰ ਰਹੀ ਹੈ ਮੇਨ ਸਕਰੀਨ ਨਾਲ ਤਾਂ ਸਰ ਅਕੋਰਡਿੰਗ ਟੂ ਫਾਰਮੂਲਾ ਰੀਡਿੰਗ ਮੇਨ ਸਕੇਲ ਰੀਡਿੰਗ ਪਲੱਸ ਜਿਹੜੀ ਐਂਗਲ ਨੰਬਰ ਆਫ ਡਿਵੀਜ਼ਨ ਕਿਹੜੀ ਕੋਇਨਸਾਈਡ ਕਰ ਰਹੀ ਹੈ ਵਰਨੀਅਰ ਸਕੇਲ ਦੀ ਮੇਨ ਸਕੇਲ ਨਾਲ ਇਨ ਟੂ ਲੀਸਟ ਕਾਊਂਟ ਤਾਂ ਸਾਡੇ ਕੋਲ 4.8 ਪਲੱਸ ਸਾਡੇ ਨੋਟ ਕੀਤਾ ਸੀ 8ਵੀਂ ਡਿਵੀਜ਼ਨ ਇਹਦੇ ਨਾਲ ਮੈਚ ਕਰ ਰਹੀ ਸੀ 8 × 0.01 4.8 ਪਲੱਸ 0.08 ਤਾਂ ਸਾਡਾ ਆਨਸਰ ਆ ਗਿਆ 4.88 ਸੈਂਟੀਮੀਟਰ ਵਿਦਿਆਰਥੀਓ ਤੁਹਾਨੂੰ ਅਸੀਂ ਇਸ ਦੇ ਵਿੱਚ ਰੀਡਿੰਗਸ ਕਰਕੇ ਦਿਖਾਈਆਂ ਅਸੀਂ ਇਹਦੀ ਡੈਪਥ ਨੋਟ ਕਰ ਲਈ ਇਸਦਾ ਐਕਸਟਰਨਲ ਡਾਇਆ ਨੋਟ ਕਰ ਲਿਆ ਇੰਟਰਨਲ ਡਾਇਆ ਕਰ ਲਿਆ ਤਾਂ ਇਸ ਤਰੀਕੇ ਨਾਲ ਤੁਸੀਂ ਇਸਨੂੰ ਵਰਨੀਅਰ ਸਕੇਲ ਨੂੰ ਵਰਤ ਸਕਦੇ ਹੋ ਤਾਂ ਇਸ ਨੂੰ ਆਪਣੀ ਹੱਥਾਂ ਨਾਲ ਚਲਾ ਕੇ ਵੀ ਤੁਸੀਂ ਦੇ ਸਕਦੇ ਹੋ ਇਸਲਈ ਇਹ ਕੰਮ ਕਰਦਾ ਵਿਦਿਆਰਥੀ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਵਿਦਿਆਰਥੀਆਂ ਦੇ ਵਿੱਚ ਪ੍ਰੈਕਟੀਕਲੀ ਕੰਸੈਪਟ ਨੂੰ ਇੰਟਰੋਡਿਊਸ ਕਰਾਇਆ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਜੇਕਰ ਸਾਨੂੰ ਇਹ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਧੰਨਵਾਦ ਵਿਦਿਆਰਥੀ